ਜੇ ਤੁਸੀਂ ਨਾ ਜਾਗੇ ਤਾਂ ਪੰਜਾਬੀ ਮੱਠ ਅਤੇ ਬੌਲੀ ਸਾਹਿਬ ਢਾਉਣ ਦੀ ਵੀ ਤਿਆਰੀ ਹੈ। ਜੇ ਤੁਸੀਂ ਨਾ ਜਾਗੇ ਤਾਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰ ਗੋਬਿੰਦ ਸਿੰਘ ਲੌਂਗੋਵਾਲ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਇਸ਼ੂ 'ਤੇ ਰੋਲ ਕੀ ਰਿਹਾ। ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕੋਈ ਆਰਥਿਕ ਸੰਕਟ ਨਹੀਂ, ਕਰੋੜਾਂ ਨਹੀਂ ਅਰਬਾਂ ਰੁਪਏ ਆਉਂਦੇ ਆ। ਲੋਕ ਇਨਸਾਫ਼ ਪਾਰਟੀ ਦੇ ਮੈਂਬਰ ਸਰਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ 7 ਮੈਂਬਰ ਉੜੀਸਾ ਜਾ ਰਹੇ ਨੇ। ਦੱਸ ਦਈਏ ਕਿ ਉੜੀਸਾ ਵਿੱਚ ਪਿਛਲੇ 3-4 ਮਹੀਨੇ ਪਹਿਲਾਂ ਸਿੱਖਾਂ ਦੇ 2 ਗੁਰਦੁਆਰਾ ਸਾਹਿਬ ਢਾਏ ਗਏ ਸਨ, ਜਿਸ ਦੇ ਸੰਬੰਧ ਵਿੱਚ ਅੱਜ ਬਲਵਿੰਦਰ ਸਿੰਘ ਬੈਂਸ ਉੜੀਸਾ ਦੇ ਮੁੱਖ ਮੰਤਰੀ ਤੇ ਰਾਜਪਾਲ ਨੂੰ ਮਿਲਣ ਜਾ ਰਹੇ ਨੇ। ਆਓ ਸੁਣਾਉਂਦੇ ਤੁਹਾਨੂੰ ਲੁਧਿਆਣਾ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ। ਅੱਜ ਦੀ ਪ੍ਰੈਸ ਕਾਨਫਰੰਸ ਦੁਖਦਾਈ ਵਿਸ਼ੇ 'ਤੇ ਹੈ। ਜਿਹੜੀ ਜਗ੍ਹਾ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਕੁਛ ਦਿਨ ਵਿਸ਼ਰਾਮ ਕਰਨ ਲਈ ਡੇਰਾ ਲਾਇਆ ਅਤੇ ਉੱਥੇ ਉਹਨਾਂ ਨੇ ਆਰਤੀ ਦਾ ਉਚਾਰਨ ਕੀਤਾ। ਪੁਰੀ ਜਗਨਨਾਥਪੁਰੀ ਬਹੁਤ ਪ੍ਰਸਿੱਧ ਮੰਦਰ ਵੀ ਹੈ ਉੱਥੇ, ਔਰ ਉਸ ਮੰਦਰ 'ਚ ਜਦੋਂ ਪਾਤਸ਼ਾਹ ਗਏ, ਆਰਤੀ ਦੇਖੀ ਅਤੇ ਪਾਤਸ਼ਾਹ ਨੇ ਪਰਮੇਸ਼ਰ ਦੀ ਉਸਤਤ ਵਿੱਚ ਆਰਤੀ ਦਾ ਆਪਣੇ ਪਾਵਨ ਮੁਖ ਤੋਂ ਉਚਾਰਨ ਕੀਤਾ, ਔਰ ਉਸ ਸਮੇਂ ਤੋਂ ਉੱਥੇ ਮੰਗੂ ਮੱਠ ਉਹਦੇ ਨਾਲ ਪੰਜਾਬੀ ਮੱਠ ਜਿਹੜੀ ਬਹੁਤ ਵੱਡੀ ਸਰਾਂ ਦੇ ਰੂਪ 'ਚ ਉਸਾਰੀ ਹੋਈ ਹੋਈ ਹੈ, ਔਰ ਉਹਦੇ ਨਾਲ ਬੌਲੀ ਸਾਹਿਬ ਜਿੱਥੇ ਲੰਬਾ ਸਮਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਿਹਾ, ਉੱਥੇ ਦੇ ਲੋਕ ਦੱਸਦੇ ਹੈ, ਉੱਧਰਲੇ ਲੋਕ ਵੀ ਦੱਸਦੇ ਹੈ, ਹਿਸਟੋਰੀਕਲ ਪਲੇਸ ਹੈ। ਉੱਥੇ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ 2 ਵਾਰੀ ਗਿਆ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ 1 ਵਾਰੀ ਗਿਆ। ਪਰ ਇਹ ਦੁੱਖ ਅਤੇ ਅਫਸੋਸ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਚੁਣੀ ਹੋਈ ਜਮਾਇਤ ਹੈ, ਨੁਮਾਇੰਦਾ ਜਮਾਤ ਹੈ, ਜਿਹਦੀ ਡਿਊਟੀ ਹੈ ਗੁਰਧਾਮਾਂ ਦੀ ਹਿਸਟੋਰੀਕਲ ਪਲੇਸ ਦੀ ਦੇਖ ਰੇਖ ਅਤੇ ਰਾਖੀ ਕਰਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਭ ਤੋਂ ਪਹਿਲਾ ਕੰਮ ਹੈ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਉੱਥੇ ਗਿਆ, ਪ੍ਰੈਸ ਨੇ ਪੁੱਛਿਆ ਕਿ ਮੰਗੂ ਮੱਠ, ਪੰਜਾਬੀ ਮੱਠ ਅਤੇ ਬੌਲੀ ਸਾਹਿਬ ਨਾਲ ਤੁਹਾਡਾ ਕੀ ਸੰਬੰਧ ਹੈ? ਜਾਂ ਤਾਂ ਉਹ ਜਿਹੜੇ ਮੈਂਬਰ ਗਏ ਉਹ ਇਤਿਹਾਸ ਤੋਂ ਵਾਂਝੇ ਅਤੇ ਸੱਖਣੇ ਸੀ, ਉਹਨਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਉਸ ਸਮੇਂ ਕਿ ਇਸ ਪਾਵਨ ਅਸਥਾਨ 'ਤੇ ਗੁਰੂ ਸਾਹਿਬ ਨੇ ਆਰਤੀ ਦਾ ਉਚਾਰਨ ਕੀਤਾ। ਉਹ ਉੱਥੇ ਜਾ ਕੇ ਇਹ ਗੱਲ ਕਹਿ ਕਿ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ, ਜਿੱਥੋਂ ਦੁਖਾਂਤ ਸ਼ੁਰੂ ਹੋ ਗਿਆ। ਜਦੋਂ ਇਹ ਗੱਲ ਕਹਿ ਆਏ ਕਿ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ, ਚਾਹੀਦਾ ਤਾਂ ਅਸੀਂ ਅਗਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਦੀ ਕੁਰੈਕਸ਼ਨ ਕਰਦੇ। ਉਹਨਾਂ ਨੇ ਕੁਰੈਕਸ਼ਨ ਕੀਤੀ ਨਹੀਂ, ਉਸ ਤੋਂ ਬਾਅਦ ਬੋਲੇ ਨਹੀਂ। ਨਾ ਬੋਲਣ ਕਰਕੇ ਜਿਹੜੇ ਉੱਥੇ ਵੱਸਦੇ ਸਿੱਖ ਅਤੇ ਪੰਜਾਬੀ ਹੈ ਉਹਨਾਂ ਲਈ ਦੁਖਾਂਤ ਸ਼ੁਰੂ ਹੋ ਗਿਆ, ਔਰ ਉੱਥੋਂ ਦੀ ਸਰਕਾਰ ਨੇ ਇਹ ਮੱਠ ਢਾਉਣ ਦਾ ਕੰਮ ਸੁੰਦਰੀਕਰਨ ਦੀ ਆੜ ਵਿੱਚ, ਕਿ ਜਗਨਨਾਥਪੁਰੀ ਦੀ ਸੁੰਦਰੀਕਰਨ ਕਰਨੀ ਹੈ, ਉਹਦੀ ਆੜ ਵਿੱਚ ਇਹ ਮੱਠ ਢਾਉਣ ਦਾ ਕੰਮ ਜਿਹੜਾ ਸੀਗਾ, ਹਾਲਾਂਕਿ ਕੋਰਟ ਵੱਲੋਂ ਸਟੇ ਸੀ, ਫਿਰ ਵੀ ਉਹਨਾਂ ਨੇ ਸ਼ੁਰੂ ਕਰਕੇ ਜਿਹੜਾ ਮੰਗੂ ਮੱਠ ਸੀ ਉਹ ਢਾ ਦਿੱਤਾ। ਔਰ ਜਿਹੜੇ ਬਾਕੀ ਦੇ ਮੱਠ ਆ ਪੰਜਾਬੀ ਮੱਠ, ਮੈਨੂੰ ਇਹ ਗੱਲ ਕਹਿਣ 'ਚ ਦੁੱਖ ਅਤੇ ਅਫਸੋਸ ਹੈ ਕਿ ਅੱਜ ਉਸ ਪੰਜਾਬੀ ਮੱਠ ਜਿਹੜੀ ਬਹੁਤ ਵੱਡੀ ਸਰਾਂ ਦੇ ਰੂਪ ਵਿੱਚ ਉਸਾਰੀ ਕੀਤੀ ਗਈ ਹੈ, ਉਹਦੇ ਵਿੱਚ ਦੇਸ਼ ਦੀ ਫੌਜ ਅਤੇ CRPO ਸਟੇਟ ਗਵਰਨਮੈਂਟ ਨੇ ਬਿਠਾ ਦਿੱਤੀ। ਔਰ ਜਿਹੜਾ ਬੌਲੀ ਸਾਹਿਬ ਹੈ ਉਹ ਵੀ ਢਾਉਣ ਦੀ ਤਿਆਰੀ ਹੈ। ਔਰ ਅੱਜ ਅਸੀਂ ਲੋਕ ਇਨਸਾਫ ਪਾਰਟੀ ਵੱਲੋਂ ਬੁੱਧੀਜੀਵੀ ਪ੍ਰੈਸ ਨਾਲ ਲੈ ਕੇ ਅੱਜ ਅਸੀਂ ਪੁਰੀ ਜਾ ਰਹੇ ਹਾਂ, ਅਤੇ ਕੱਲ੍ਹ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਵੀ ਮਿਲ ਕੇ ਆਏ ਹਾਂ, ਔਰ ਉਹਨਾਂ ਨੂੰ ਇਹ ਗੱਲ ਸਵਾਲ ਦੇ ਰੂਪ 'ਚ ਬੇਨਤੀ ਕਰਕੇ ਆਏ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਇਸ਼ੂ 'ਤੇ ਰੋਲ ਕੀ ਰਿਹਾ। ਜਦੋਂ ਰੋਲ ਦਾ ਨਾਂ ਆਉਂਦਾ ਤਾਂ ਸਿਰ ਨੀਵਾਂ ਹੋ ਜਾਂਦਾ। ਔਰ ਅੱਜ ਵੀ ਮੈਂ ਅਸੀਂ ਸਾਰੀ ਟੀਮ ਮੌਕੇ 'ਤੇ ਵੀ ਜਾ ਰਹੇ ਹਾਂ, ਉੱਥੋਂ ਦੀ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਇਸ ਲੜਾਈ ਨੂੰ, ਜਦੋਂ ਕਿ ਗੁਰੂ ਸਾਹਿਬ ਦਾ ਆਪਾਂ 550 ਸਾਲਾਂ ਮਨਾਇਆ, ਕੁੱਲ ਦੁਨੀਆ ਨੇ ਸਿਜਦਾ ਕੀਤਾ, ਉਹ ਮਨਾਉਣ ਦਾ ਮਕਸਦ ਅਤੇ ਮਨੋਰਥ ਇਹ ਨਹੀਂ ਸੀ ਵੀ ਜਿੱਥੇ ਗੁਰੂ ਸਾਹਿਬ ਗਏ ਉਹਨਾਂ ਦੀਆਂ ਯਾਦਾਂ ਢਾਈਆਂ ਜਾਣ। ਮੈਂ ਉੱਥੋਂ ਦੇ ਮੁੱਖ ਮੰਤਰੀ ਸਾਹਿਬ, ਅਸੀਂ ਯਤਨ 'ਚ ਹਾਂ ਕਿ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਜਾਏ, ਗਵਰਨਰ ਸਾਹਿਬ ਨੂੰ ਮਿਲਿਆ ਜਾਏ, ਔਰ ਉਹਨਾਂ ਨੂੰ ਇਹ ਬੇਨਤੀ ਕੀਤੀ ਜਾਏ ਕਿ ਇਹ ਜਿਹੜੇ ਸਿੱਖਾਂ ਦੇ ਪਾਵਨ ਗੁਰੂ ਦੀ ਚਰਨ ਛੋਹ ਪ੍ਰਾਪਤ ਗੁਰਧਾਮ ਆ, ਉਹਨਾਂ ਦੀ ਰਾਖੀ ਉੱਥੋਂ ਦੀਆਂ ਸਰਕਾਰਾਂ ਵੀ ਕਰੇ। ਅਤੇ ਮੈਂ ਇੱਥੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਹਿਣਾ ਚਾਹੁੰਦਾ ਕਿ ਆਹ ਜਿਹੜਾ ਦਸੰਬਰ ਦਾ ਮਹੀਨਾ,
ਇਹ ਬਹੁਤ ਅਹਿਮੀਅਤ ਵਾਲਾ ਮਹੀਨਾ। ਇਸ ਮਹੀਨੇ 'ਚ ਹਿੰਦੂ ਧਰਮ ਲਈ ਬਹੁਤ ਵੱਡੀ ਅਹਿਮੀਅਤ ਹੈ, ਸਿੱਖ ਧਰਮ ਲਈ ਬਹੁਤ ਵੱਡੀ ਅਹਿਮੀਅਤ ਹੈ। ਇਸ ਮਹੀਨੇ ਵਿੱਚ ਮਾਂ ਗੁਜਰੀ ਜੀ ਅਤੇ ਗੁਰੂ ਸਾਹਿਬ ਦੇ ਲਾਲਾਂ ਦੀ ਸ਼ਹਾਦਤ ਦਾ ਦਿਨ ਹੈ, ਅਤੇ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਗੁਰੂ ਦੇ ਲਾਲਾਂ ਦੀ ਅਤੇ ਮਾਂ ਗੁਜਰੀ ਦੀ ਸ਼ਹਾਦਤ ਦੇ ਦਿਨ ਇੱਕ ਦਿਨ ਦਾ ਸਦਨ ਸੱਦਿਆ ਜਾਏ। ਅਤੇ ਕੈਪਟਨ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਇਸ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਡਾਇਰੈਕਸ਼ਨ ਦੇਣ ਲਈ ਇੱਕ ਮਤਾ ਪਾਸ ਕੀਤਾ ਕਿ ਬੀਬੀਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਦਿੱਤੀ ਜਾਏ। ਜੇ ਤੁਸੀਂ ਇਹਦੇ ਵਿੱਚ ਦਖਲ ਅੰਦਾਜ਼ੀ ਸ਼ੁਰੂ ਕੀਤੀ ਹੈ ਤਾਂ ਕਿਰਪਾ ਕਰਕੇ ਮੰਗੂ ਮੱਠ, ਪੰਜਾਬੀ ਮੱਠ ਅਤੇ ਬੌਲੀ ਸਾਹਿਬ ਉਹਦੇ ਲਈ ਵੀ ਇੱਕ ਦਿਨ ਦਾ ਸਦਨ ਸੱਦ ਕੇ ਉੱਥੋਂ ਦੀ ਸਰਕਾਰ ਨਾਲ ਰਾਬਤਾ ਕੀਤਾ ਜਾਏ, ਔਰ ਇਹ ਜਿਹੜੇ ਮੱਠ ਜਿਨ੍ਹਾਂ 'ਤੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ ਉਹਨਾਂ ਦੀ ਰਾਖੀ ਕਰਨ ਲਈ ਪੰਜਾਬ ਦੀ ਸਰਕਾਰ, ਕਿਉਂਕਿ ਪੰਜਾਬ ਬਾਹਰ ਵੱਸਦੇ ਸਿੱਖਾਂ ਦਾ ਪੇਕਾ ਘਰ ਹੈ, ਅਤੇ ਜਦੋਂ ਕਿਸੇ ਦੀ ਧੀ ਨੂੰ ਤਕਲੀਫ ਆਉਂਦੀ ਹੈ ਪੇਕੇ ਘਰ ਵਾਲੇ ਬੋਲਦੇ ਹੈ। ਅਤੇ ਕੈਪਟਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਕੈਪਟਨ ਸਾਹਿਬ ਤੁਹਾਡੀ ਸਰਕਾਰ ਦੀ ਅਤੇ ਤੁਹਾਡੀ ਵੱਡੀ ਡਿਊਟੀ ਹੈ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੇਲ ਹੋ ਜਾਏ, ਉਹ ਆਪਣੀ ਡਿਊਟੀ ਤੋਂ ਭੱਜ ਜਾਏ, ਤਾਂ ਕੈਪਟਨ ਸਾਹਿਬ ਤੁਹਾਡੀ ਵੀ ਅਤੇ ਮੇਰੀ ਵੀ ਓਨੀ ਡਿਊਟੀ ਹੈ। ਮੈਂ ਆਪਣੀ ਡਿਊਟੀ ਪੂਰੀ ਕਰਨ ਲਈ ਜਾ ਰਿਹਾ। ਕੈਪਟਨ ਸਾਹਿਬ ਨੂੰ ਕਹਿਣਾ ਕਿ ਇੱਕ ਦਿਨ ਦਾ ਸਦਨ ਮਾਂ ਗੁਜਰੀ ਅਤੇ ਗੁਰੂ ਸਾਹਿਬ ਦੇ ਲਾਲਾਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਇੱਕ ਦਿਨ ਦਾ ਸਦਨ ਵੀ ਸੱਦਣ, ਅਤੇ ਇਸ ਉੜੀਸਾ ਵਾਲੇ ਕਾਂਡ ਵਿੱਚ ਦਖਲ ਅੰਦਾਜ਼ੀ ਵੀ ਕਰਨ, ਤਾਂ ਕਿ ਇਹਨਾਂ ਮੱਠਾਂ ਦੀ ਅਤੇ ਬੌਲੀ ਸਾਹਿਬ ਦੀ ਰਾਖੀ ਕੀਤੀ ਜਾ ਸਕੇ। ਅੱਜ ਅਸੀਂ ਜਾਵਾਂਗੇ ਵਾਪਸ ਆ ਕੇ ਜੋ ਉੱਥੇ ਦੇ ਹਾਲਾਤ ਹੋਏ ਉਹ ਸਿੱਖਾਂ ਦੀ ਕਚਹਿਰੀ ਵਿੱਚ, ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਵਾਰ ਫਿਰ ਤੋਂ ਆਗਾਹ ਕਰਾਂਗੇ, ਤਾਂ ਕਿ ਇਹ ਜਿਹੜੇ ਮੱਠ ਉਹ ਢਾਏ ਨਾ ਜਾ ਸਕਣ। ਸਿੱਖਾਂ ਦੀ ਜਿਹੜੀ ਪੁਸ਼ਤਾਨੀ ਜਾਇਦਾਦ ਆ, ਜਿਹੜੇ ਸਾਡਾ ਵਿਰਸਾ, ਆਪਣੇ ਵਿਰਸੇ ਦੀ ਸੰਭਾਲ ਕਰਨ ਲਈ ਅਸੀਂ ਕੌਮ ਦੀ ਕਚਹਿਰੀ ਵਿੱਚ ਇਹ ਸਾਰਾ ਕੇਸ ਰੱਖਾਂਗੇ। ਅਸਲ 'ਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਉਹਨੂੰ ਬਹੁਤ ਸਾਰਾ ਇਤਿਹਾਸ ਦਾ ਗਿਆਨ ਹੋਣਾ ਚਾਹੀਦਾ, ਪਰ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਾਜਨੀਤੀਕਰਨ ਹੋ ਚੁੱਕਾ, ਇਸ ਕਰਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਇਤਿਹਾਸ ਦਾ ਗਿਆਨ ਨਹੀਂ ਉਹਨਾਂ ਨੂੰ ਟਿਕਟਾਂ ਦੇ ਕੇ ਮੈਂਬਰ ਤਾਂ ਬਣਾ ਲਿਆ ਜਾਂਦਾ, ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਕਿਸੇ ਵਫਦ ਵਿੱਚ ਨਾ ਪਾਇਆ ਜਾਏ। ਉਹ ਵਫਦ ਵਿੱਚ ਪਏ ਜਿਨ੍ਹਾਂ ਨੂੰ ਗਿਆਨ ਨਹੀਂ ਸੀ ਉੱਥੇ ਜਾ ਕੇ ਉਲਟਾ ਪੁਲਟਾ ਬਿਆਨ ਦੇ ਆਏ। ਚਾਹੀਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਦੋਂ ਨਗਰ ਕੀਰਤਨ ਗਿਆ ਤਾਂ ਪ੍ਰਧਾਨ ਸਾਹਿਬ ਸੰਬਲਪੁਰ ਗਏ, ਪਰ ਸੰਬਲਪੁਰ ਤੋਂ 200-250 ਕਿਲੋਮੀਟਰ 'ਤੇ ਪੁਰੀ ਹੈ, ਪ੍ਰਧਾਨ ਸਾਹਿਬ ਨੇ ਉੱਥੇ ਜਾਣ ਦੀ ਤਕਲੀਫ ਨਹੀਂ ਕੀਤੀ। ਜੇ ਉੱਥੇ ਜਾਂਦੇ ਤਾਂ ਸ਼ਾਇਦ ਅੱਜ ਇਹ ਮੱਠ ਨਾ ਢਾਏ ਜਾਂਦੇ, ਇਹ ਮੈਂ ਸਮਝਦਾ। ਜੇ ਇਹਦੇ 'ਚ ਕਿਸੇ ਦੀ ਨਲੈਕੀ ਹੈ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ, ਜਿਹਦੇ 'ਚ ਮੈਂ ਵੀ ਮੈਂਬਰ ਦੇ ਤੌਰ 'ਤੇ ਮੈਂ ਵੀ ਸ਼ਾਮਲ ਹਾਂ, ਉਹਦੀ ਨਲੈਕੀ ਹੈ, ਜਿਹਦੇ ਵਿੱਚ ਅਸੀਂ ਫੇਲ ਹੋ ਗਏ। ਅਤੇ ਮੈਂ ਹੁਣ ਵੀ ਕਹਿਣਾ ਚਾਹੁੰਦਾ ਪ੍ਰਧਾਨ ਸਾਹਿਬ ਨੂੰ ਕਿ ਪ੍ਰਧਾਨ ਸਾਹਿਬ ਜਿੰਨੀ ਦੇਰ ਦਖਲਅੰਦਾਜ਼ੀ ਨਾ ਕੀਤੀ ਉਨੀ ਦੇਰ ਇਹ ਮੱਠ ਬਚਾਏ ਨਹੀਂ ਜਾ ਸਕਣੇ। ਔਰ ਵੱਡਾਪਨ ਹੁੰਦਾ ਜਿਹੜਾ ਸਾਡਾ ਹਰਿਮੰਦਰ ਸਾਹਿਬ ਆ, ਉਹਦੇ ਬਾਹਰਲੇ ਪਾਸੇ ਗਲਿਆਰੇ ਦੇ ਵਿੱਚ ਦੋ ਮੰਦਰ ਵੀ ਹੈਗੇ ਆ, ਪਰ ਜਦੋਂ ਗਲਿਆਰੇ ਦਾ ਸੁੰਦਰੀਕਰਨ ਕੀਤਾ ਗਿਆ, ਉਹ ਮੰਦਰਾਂ ਦੀ ਅਸੀਂ ਹਿਫਾਜ਼ਤ ਕੀਤੀ ਕਿ ਸਾਡੇ ਗੁਰੂ ਨੇ ਇਹਨਾਂ ਨੂੰ ਨੇੜੇ ਲਿਆ ਕੇ ਵਸਾਇਆ। ਗੁਰੂ ਸਾਹਿਬ ਦਾ ਪਾਵਨ ਬਚਨ ਹੈ, ਚੌਂ ਵਰਨਾ ਕੋ ਸਾਂਝਾ ਉਪਦੇਸ਼ ਮੇਰੇ ਪਾਤਸ਼ਾਹ ਨੇ ਦਿੱਤਾ। ਉਹ ਮੰਦਰ ਅੱਜ ਵੀ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਡਾ ਸਮਾਜਿਕ ਤਾਣਾ ਬਾਣਾ, ਸਾਡਾ ਧਰਮ ਸਾਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੰਦਾ। ਪਰ ਇਹ ਅਫਸੋਸ ਹੈ ਕਿ ਉੱਥੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਅਣਦੇਖੀ ਕਾਰਨ, ਜੇ ਮੈਂ ਕਹਾਂ ਨਲੈਕੀ ਕਾਰਨ, ਆ ਮੱਠ ਜਿਹੜੇ ਢਾਏ ਗਏ ਹੈ। ਅਤੇ ਮੈਂ ਹੁਣ ਵੀ ਕਹਿੰਦਾ ਪ੍ਰਧਾਨ ਸਾਹਿਬ, ਜੇ ਤੁਸੀਂ ਨਾ ਜਾਗੇ ਤਾਂ ਪੰਜਾਬੀ ਮੱਠ ਅਤੇ ਬੌਲੀ ਸਾਹਿਬ ਢਾਉਣ ਦੀ ਵੀ ਤਿਆਰੀ ਹੈ, ਜੇ ਤੁਸੀਂ ਨਾ ਜਾਗੇ ਤਾਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ।